ਸਸੀ ਦਾ ਦਾਵ ਨਮਸਕਾਰ ਤੋਂ ਇਹ ਕਰੰਟ ਨਿਊਜ਼ ਟੀਵੀ ਮੈਂ ਹਾਂ ਬਟਲ ਸਾਡੇ ਨਾਲ ਮੌਜੂਦ ਨੇ ਗੁਲਜ਼ਾਰ ਖਾਨਾ ਜੀ ਡੋਰ ਟੂ ਡੋਰ ਕਰਦੇ ਪਏ ਸੀ ਪਰ ਉਹਨਾਂ ਟਾਈਮ ਬੜਾ ਘਾਟਾ ਹੋ ਗਰਦੇ ਵੀ ਸ਼ਾਰਟ ਕਟਰ ਕਰਦੇ ਕੰਮਾਂ ਤੁਸੀਂ ਛੇਤੀ ਨਿਬੜੋ ਹਾਂਜੀ ਗੁਲਜਾਰ ਜੀ ਥੋੜਾ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੋਰ ਕਿਦਾਂ ਚੱਲਦਾ ਪਿਆ ਜੀ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਕਿਦਾਂ ਕਿਦਾਂ ਡੋਰ ਟੂ ਡੋਰ ਕਰਦੇ ਪਏ ਹਾਂ ਕੀ ਰਿਸਪੌਂਸ ਮਿਲਦਾ ਪਿਆ ਬਹੁਤ ਵਧੀਆ ਹੁਣ ਮੈਂ ਡੋਰ ਟੂ ਡੋਰ ਅਕਾਲਗੜ ਤੋਂ ਖਨੌੜਾ ਤੋਂ ਉਹ ਤੋਂ ਪਰਲੇ ਪਾਸੇ ਤੋਂ ਅੱਜ ਚਾਹਲ ਤੋਂ ਤੇ ਇਸ ਤਰ੍ਹਾਂ ਮੈਂ ਪਾਸੋਂ ਸਾਈਡ ਵੱਧ ਰਿਹਾ ਹਾਂ ਪਾਸੋਂ ਵੀ ਕੀਤਾ ਹੋਇਆ ਉਧਰਲੀ ਸਾਈਡ ਮੈਂ ਵੱਧ ਰਿਹਾ ਨਾਬਾ ਸਾਈਡ ਜਾ ਰਹੇ ਹਾਂ ਜਿੱਦ ਤੱਕ ਤੁਸੀਂ ਤਾਂ ਖੰਨੇ ਸ਼ਹਿਰ ਦੇ ਹੋ ਗੁਲਜਾਰ ਖੰਨਾ ਜੀ ਪਰ ਲਾਪੇ ਨਾ ਤੁਹਾਡਾ ਕੀ ਪਿਆਰ ਆ ਅਸਲ ਮੈਂ ਹਲਕਾ ਨਾਬਾ ਦੇ ਵਿੱਚ ਕਈ ਸਾਲ ਡਿਊਟੀ ਕੀਤੀ ਹੈ ਔਰ ਡਿਊਟੀ ਦੇ ਦੌਰਾਨ ਜਿਹੜੇ ਪਿੰਡ ਹਲਕਾ ਨਾਬਾ ਦੇ ਵਿੱਚ ਆਉਂਦੇ ਨੇ ਉਹ ਸਾਰੇ ਮੇਰੇ ਸੰਪਰਕ ਚ ਰਹੇ ਨੇ ਮੈਂ ਉਹਨਾਂ ਦੇ ਸੰਪਰਕ ਚ ਰਹਾ ਪਬਲਿਕ ਮੈਨੂ ਜਾਣਦੀ ਹੈ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਮੈਂ ਉਹਨਾਂ ਨੂੰ ਜਾਣਦਾ ਔਰ ਕਿਹੜੇ ਮੈਕਚ ਵਿੱਚ ਕੀਤੀ ਹੈ ਮੈਂ ਪੰਜਾਬ ਪੁਲਿਸ ਦੇ ਵਿੱਚ ਕੀਤੀ ਉਹਦੇ ਵਿੱਚ ਕਿਹੜੇ ਤੁਸੀਂ ਰੈਕਤ ਮੈਂ ਸਬ ਇੰਸਪੈਕਟਰ ਸੀ ਅੱਛਾ ਜੀ ਹਾਂ ਜੀ ਜਿਹੜਾ ਇੰਸਪੈਕਟਰ ਹੁੰਦਾ ਵੀ ਸਾਰੇ ਪਿੰਡਾਂ ਚ ਜਾਂਦਾ ਜਾਂਦਾ ਇਹਨਾਂ ਦਾ ਸ਼ਹਿਰ ਚ ਜਾਂਦਾ ਰਹਿੰਦਾ ਉਹਦੇ ਕੋਲ ਬਾਕੀ ਵੀ ਜਾਤੇ ਬਣੇ ਬਿਲਕੁਲ ਬਿਲਕੁਲ ਹਰ ਇੱਕ ਬੰਦਾ ਥਾਣੇ ਚ ਜਾਂਦਾ ਜਿਹਨੂੰ ਵੀ ਕੰਮ ਪੈਂਦਾ ਤੇ ਉਹ ਉਸੇ ਡਿਊਟੀ ਦੇ ਸੰਬੰਧ ਚ ਮੁਲਾਜ਼ਮੀ ਹੰਮ ਪਹਰ ਹਰ ਪਿੰਡ ਦੇ ਵਿੱਚ ਜਾਂਦਾ ਇਸ ਕਰਕੇ ਸਾਰੇ ਬੰਦਿਆਂ ਨਾਲ ਮੈਂ ਜੁੜਿਆ ਹੋਇਆ ਸਾਰੇ ਪਰਿਵਾਰਾਂ ਨਾਲ ਜੁੜਿਆ ਹੋਇਆ ਸਾਰੇ ਪਿੰਡਾਂ ਨਾਲ ਜੁੜਿਆ ਹੋਇਆ ਨਾਬਾ ਹਲਕਾ ਦੇ ਹਰ ਇੱਕ ਪਿੰਡ ਦੇ ਨਾਲ ਮੈਂ ਜੁੜਿਆ ਹੋਇਆ ਜਿੱਦ ਤੱਕ ਥੋੜੇ ਕੋਈ ਚੰਗੇ ਤੇ ਚੰਗਾ ਬੰਦਾ ਮਾੜੇ ਤੇ ਮਾੜਾ ਬੰਦਾ ਹਰ ਤਰ੍ਹਾਂ ਦਾ ਬੰਦਾ ਥੋੜੀ ਕੋਲ ਆਉਂਦਾ ਹਰ ਤਰ੍ਹਾਂ ਦਾ ਬੰਦਾ ਆਉਂਦਾ ਜੀ ਹਰ ਇੱਕ ਬੰਦੇ ਨੂੰ ਮੈਂ ਮਿਲਿਆ ਹੋਇਆ ਹਰ ਇੱਕ ਦੇ ਕੰਮ ਆਇਆ ਹੋਇਆ ਹਰ ਇੱਕ ਦਾ ਜੋ ਕੰਮ ਮਤਲਬ ਜੇ ਕਿਸੇ ਵੀ ਕੰਮ ਕੋਈ ਆਇਆ ਤਾਂ ਮੈਂ ਉਹ ਕੰਮ ਸਵਾਰਿਆ ਉਹਦਾ ਪੰਜਾਬ ਪੁਲਿਸ ਵਾਲੇ ਤਾਂ ਕਿ ਨੇ ਰਿਟਾਇਰ ਹੋਣ ਤੋਂ ਬਾਅਦ ਜੇ ਘਰ ਆ ਜਾਂਦੇ ਨੇ ਜਾ ਗੁਰਕੂ ਕੰਮ ਤੋੜ ਲੈਂਦੇ ਕਿਤੇ ਜਾਂਦੇ ਨਹੀਂ ਹੈਗੇ ਉਹ ਨੂੰ ਇੱਕ ਹੁੰਦਾ ਵੀ ਮਲਟਾਰ ਹੋ ਗਿਆ ਮੈਨੂੰ ਤੱਕ ਇਹਨਾਂ ਸਲੂਟ ਮਾਰਨੀ ਨਹੀਂ ਹੈਗੀ ਤੁਸੀਂ ਸਿਆਸਤ ਦੇ ਵਿੱਚ ਕਿਵੇਂ ਆਏ ਮੈਂ ਸਿਆਸਤੀ ਬਣਨੇ ਨਹੀਂ ਚਾਹੁੰਦਾ ਮੈਂ ਤਾਂ ਇੱਕ ਸਮਾਜ ਸੇਵਕ ਬਣ ਕੇ ਇੱਕ ਸਾਹਮਣੇ ਆਉਣਾ ਚਾਹੁੰਨਾ ਮੈਨੂੰ ਮੈਂ ਤੁਸੀਂ ਆ ਸਮਾਜ ਸੇਵਕ ਤਾਂ ਤੁਸੀਂ ਤਾਂ ਵੈਸੇ ਵੀ ਬਣ ਜਾਣਾ ਸੀ ਤੁਹਾਨੂੰ ਵੋਟਾਂ ਚ ਆਉਣ ਦੀ ਕੀ ਲੋੜ ਤੇ ਐਕਚੁਅਲੀ ਗੱਲ ਪਤਾ ਕੀ ਹੈ ਸਿਆਸਤ ਆ ਜਿਹੜੀ ਲੋਕਾਂ ਦੀ ਜਿਹੜੀ ਪੋਲੀਟੀਕਲ ਲੀਡਰਾਂ ਦੀ ਉਹ ਬੜੀ ਗੰਧਲੀ ਹੋ ਚੁੱਕੀ ਹੈ ਇਸ ਕਰਕੇ ਮੈਨੂੰ ਇਹ ਸਾਹਮਣੇ ਆ ਕੇ ਮੈਂ ਚਾਹੁੰਦਾ ਵੀ ਮੈਂ ਵੀ ਸਿਆਸਤ ਇਹਦੇ ਵਿੱਚ ਆ ਕੇ ਮੈਂ ਕਿਸੇ ਵਧੀਆ ਮੁੱਦੇ ਤੇ ਬੈਠ ਕੇ ਰੁਤਬੇ ਤੇ ਬੈਠ ਕੇ ਤਾਂ ਕਿ ਮੈਂ ਪਬਲਿਕ ਦਾ ਜੋ ਜੁਨਾ ਵੀ ਕੰਮ ਹੈ ਉਹ ਮੈਂ ਹਰ ਇੱਕ ਮੁਸ਼ਕਲ ਨੂੰ ਉਹ ਨਾ ਸਾਨੀ ਨਾ ਕਰ ਸਕਦਾ ਜੇ ਘਰ ਬੈਠ ਕੇ ਮੈਂ ਇਹਨਾਂ ਕੰਮ ਨਹੀਂ ਕਰ ਸਕਦਾ ਇਹਨਾਂ ਲੋਕਾਂ ਦੇ ਕੰਮ ਨਹੀਂ ਆ ਸਕਦਾ ਜਿੰਨਾਂ ਕਿ ਮੈਂ ਇਹਦੇ ਵਿੱਚ ਇਸ ਰਤੂਬੇ ਦੇ ਵਿੱਚ ਆ ਕੇ ਕਰ ਸਕਦਾ ਨਹੀਂ ਪੰਜਾਬ ਪੁਲਿਸ ਦਾ ਇੱਕ ਸਿਸਟਮ ਹੁੰਦਾ ਉਹ ਸਿਸਟਮ ਦੇ ਨਾਲ ਚੱਲਦੀ ਹੈ ਥੋੜਾ ਦਾ ਵੀ ਕੋਈ ਅਧਰ ਨਾਲ ਸਿਸਟਮ ਹੈ ਜਿਹੜਾ ਸਿਸਟਮ ਦੇ ਵਿੱਚ ਤੁਸੀਂ ਲੈ ਕੇ ਜਿਹੜਾ ਥੋੜਾ ਚੱਲਦਾ ਪਿਆ ਕੀਤਾ ਸਿਸਟਮ ਕੋਈ ਕਹਿੰਦਾ ਨੌਕਰੀ ਦੇਣਾ ਕੋਈ ਕਹਿੰਦਾ ਲollipops ਦੇਣ ਬਸੀਂ ਗਾਰੰਟੀ ਦੇ ਰਹੀਆਂ ਆ ਉਹ ਹੋਣਗੇ ਗਾਰੰਟੀ ਅੱਜ ਕੱਲ ਬੰਦਿਆਂ ਦੀ ਨਹੀਂ ਹੈਗੀ ਪਰ ਤੁਸੀਂ ਇਹੋ ਜਿਹਾ ਕੀ ਸਿਸਟਮ ਲਾ ਕੇ ਆ ਰਹੇ ਹੋ ਵੀ ਜਿਹੜਾ ਚੇਂਜ ਕਰ ਦੇਂਗੇ ਮੈਂ ਵਿਸ਼ਵਾਸ ਦਿਵਾਉਣਾ ਸਾਰੀ ਪਬਲਿਕ ਨੂੰ ਅਗ ਪਰਮਾਤਮਾ ਕਰੇ ਲੋਕਾਂ ਦੀ ਮਦਦ ਨਾਲ ਹਲਕਾ ਨਾਬੇ ਦੇ ਭੈਣ ਭਰਾਵਾਂ ਦੇ ਅਸ਼ੀਰਵਾਦ ਨਾਲ ਅਗਰ ਮੈਂ ਕਿਸੇ ਵਧੀਆ ਸਤਾ ਤੇ ਆਉਣਾ ਹੈ ਤਾਂ ਮੇਰਾ ਜੋ ਵੀ ਕਦਮ ਹੋਊਗਾ ਇੱਕ ਇੱਕ ਕਦਮ ਹੋਊਗਾ ਇੱਕ ਇੱਕ ਲਬਜ ਹੋਊਗਾ ਇਹ ਹਮੇਸ਼ਾ ਆਪਣਾ ਜੋ ਸਮਾਜ ਹੈ ਲੋਗ ਨੇ ਉਹਨਾਂ ਦੇ ਫਾਇਦੇ ਵਾਸਤੇ ਹੋਊਗਾ ਇੱਕ ਤੁਸੀਂ ਆਪਣੀ ਜਿਹੜੀ ਗੱਡੀਆਂ ਦੇ ਗੱਡੀਆਂ ਦੇ ਉੱਪਰ ਇੱਕ ਬਹੁਤ ਵੱਡੀ ਲਾਈਨ ਲਿਖੀ ਹੋਈ ਆ ਮੈਂ ਕਹਿੰਦਾ ਤੁਸੀਂ ਬੋਲ ਕੇ ਸੁਣਾ ਦਿਓ ਮੇਰਾ ਵੋਟਰ ਮੇਰਾ ਤਾਂ ਇੱਕੋ ਹੀ ਨਾਰਾ ਵੋਟਰ ਮੈਨੂੰ ਜਾਨ ਤੋਂ ਪਿਆਰਾ ਕੰਮ ਕਰੂੰਗਾ ਵਿਕਾਸ ਦਾ ਸਾਰਾ ਨਾ ਕੋਈ ਧੋਖਾ ਨਾ ਕੋਈ ਲਾਰਾ ਔਰ ਐਸ ਉਮਰ ਦੇ ਵਿੱਚ ਜਿਹੜਾ ਤੁਸੀਂ ਮੈਂ ਆ ਚੁੱਕਿਆ ਨਾ ਐਸ ਉਮਰ ਦੇ ਵਿੱਚ ਜਿਹੜਾ ਮੈਂ ਇੱਕ ਸਮਾਜ ਸੇਵਾ ਦੇ ਵਿੱਚ ਪਿਆ ਉਹ ਮੇਰੇ ਦਿਲ ਦੇ ਵਿੱਚ ਇੱਕ ਜਜ਼ਬਾਤ ਨੇ ਔਰਮਾਨ ਨੇ ਕਿ ਮੈਂ ਸਮਾਜ ਦੇ ਵਿੱਚੋਂ ਵਿਚਰ ਕੇ ਇੱਕ ਵਧੀਆ ਕੰਮ ਕਰਾਂ ਉਹ ਮੈਂ ਸਿਰਫ ਇੱਕ ਲਾਈਨ ਦੇ ਵਿੱਚ ਮੈਂ ਉਹ ਦੱਸਣਾ ਚਾਹੁੰਨਾ ਮੇਰਾ خیال ਉਹ ਲਾਈਨ ਦੇ ਵਿੱਚੋਂ ਹੀ ਐਸ ਰਤਬੇ ਤੇ ਆ ਕੇ ਜਿਹੜਾ ਮੈਂ ਆਇਆ ਐ ਇਸ ਸੁਰਤ ਦੇ ਵਿੱਚ ਆਉਣਾ ਚਾਹੁੰਨਾ ਉਹ ਮੇਰੇ ਦਿਲ ਦੇ ਵਿੱਚ ਇੱਕ ਭਾਵਨਾ ਸਮਾਜ ਦੀ ਸੇਵਾ ਕਰਨ ਵਾਸਤੇ ਉਹ ਮੈਂ ਇੱਕ ਲਾਈਨ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਦੱਸਣਾ ਚਾਹੁੰਨਾ ਦੁਨੀਆ ਦੇ ਵਿੱਚ ਰੱਖ ਗੁਲਜ਼ਾਰ ਐਸਾ ਬਹਿਣ ਖਲੂਣ ਦੁਨੀਆ ਦੇ ਵਿੱਚ ਰੱਖ ਗੁਲਜ਼ਾਰ ਐਸਾ ਬਹਿਣ ਖਲੂਣ ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ ਐਸੀ ਨਿਉ ਰੱਖ ਕੇ ਜਾਊਗਾ ਐਸਾ ਕੰਮ ਕਰਕੇ ਜਾਊਗਾ ਮੈਂ ਰਵਾਂ ਜਾਂ ਨਾ ਰਵਾਂ ਮੇਰੀਆਂ ਯਾਦਾਂ ਹਲਕਾ ਨਾਬਦੇ ਦੇ ਵਿੱਚ ਲੋਕਾਂ ਨੂੰ ਸਤਾਉਣ ਗਿਆ ਯਾਦ ਕਰਾਉਣ ਗਿਆ ਕਿ ਮੈਂ ਕੋਈ ਇੱਥੇ ਸੀ ਇੱਕ ਟੁੱਡੀ ਪਿੱਛੇ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਿਹਦੇ ਵਿੱਚ ਤੁਸੀਂ ਆਪਣੇ ਜਿਹੜਾ ਮਕਾਨ ਆ ਆਪਣੀਆਂ ਕੋਠੀਆਂ ਨੇ ਜਿੰਨੇ ਵੀ ਥੋੜੀ ਜਾਇਦਾਦ ਆ ਕਿਸੇ ਟਰਸਟ ਨੂੰ ਤੁਸੀਂ ਇਨਦਾਨ ਕਰਦੇ ਬਾਕੀ ਗੱਲ ਸੱਚ ਹੈ ਬਿਲਕੁਲ ਸੱਚ ਇਹ ਸਾਰੀ ਕੀ ਟਰਸਟ ਦੇ ਨਾਮ ਤੇ ਕਰਤੀ ਦਿੰਗੇ ਕੀ ਕਰਨਾ ਇਹਦਾ ਵੀ ਤੁਸੀਂ ਸਾਥ ਬਣਨਾ ਚਾਹੁੰਦੇ ਹੋ ਕਿ ਨੇਤਾਜੀ ਬਣਨਾ ਚਾਹੁੰਦੇ ਮੈਂ ਤਾਂ ਜਦੋਂ ਇਨਸਾਨ ਹੌਲੀ-ਹੌਲੀ ਮੇਰੇ ਵਾਲੀ ਉਮਰ ਚ ਆ ਜਾਂਦਾ ਤਾਂ ਉਹਦੇ ਵਿਊ ਉਹਦੇ ਟੇਵੇ ਉਹਦੇ ਇਰਾਦੇ ਸਾਰੇ ਬਦਲ ਜਾਂਦੇ ਆ ਔਰ ਸਭ ਕੁਝ ਨਜ਼ਰ ਆ ਜਾਂਦਾ ਉਸ ਨੂੰ ਇਹ ਜਿਹੜੀ ਉਮਰ ਹੈ ਇਦੋਂ ਅੱਗੇ ਜਿਹੜੀ ਉਮਰ ਹੈ ਇੱਕ ਤਰ੍ਹਾਂ ਦਾ ਅੜਹਾਕਰੇ ਕੀ ਹੁੰਦਾ ਇਸ ਕਰਕੇ ਮੈਂ ਜੋ ਹੁਣ ਤੱਕ ਕੀਤਾ ਆਪਣੇ ਵਾਸਤੇ ਬੱਚਿਆਂ ਵਾਸਤੇ ਰਿਸ਼ਤੇਦਾਰਾਂ ਵਾਸਤੇ ਕੀਤਾ ਉਹ ਵੀ ਮੈਨੂੰ ਪਤਾ ਲੱਗ ਗਿਆ ਉਸ ਗੱਲ ਦਾ ਵੀ ਮੈਨੂੰ ਅਹਿਸਾਸ ਹੋਇਆ ਹੁਣ ਜੋ ਮੈਂ ਕਰਨਾ ਚਾਹੁੰਦਾ ਹੁਣ ਮੈਂ ਸਾਰੇ ਸਮਾਜ ਵਾਸਤੇ ਇਕੱਠਾ ਕਰਨਾ ਚਾਹੁੰਦਾ ਇਹੀ ਇੱਕ ਕਾਰਨ ਸਮਾਜ ਵਾਸਤੇ ਆਪਣੇ ਵਾਸਤੇ ਸਿਰਫ ਸਮਾਜ ਵਾਸਤੇ ਆਪਣੇ ਵਾਸਤੇ ਨਹੀਂ ਮੇਰੇ ਦਿੱਤੇ ਜੀ ਤਾਂ ਆਪਣੇ ਵਾਸਤੇ ਇਕੱਠਾ ਕਰਦੇ ਮੈਂ ਆਪਣੇ ਵਾਲੇ ਪੋਤਿਆਂ ਵਾਸਤੇ ਇਕੱਠਾ ਮੈਂ ਆਪਣੇ ਵਾਸਤੇ ਕੁਝ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਜੋ ਸਗੋਂ ਮੇਰੇ ਕੋਲ ਹੈ ਮੈਂ ਤਾਂ ਉਹ ਵੀ ਭਾਈ ਬਚਿੱਤਰ ਸਿੰਘ ਚੈਰੀਟੇਬਲ ਟਰਸਟ ਦੇ ਨਾਂ ਲਗਾ ਦਿੱਤੀ ਆ ਔਰ ਜੇ ਕੋਈ ਬੰਦਾ ਇਸ ਨੂੰ ਚੈਲੰਜ ਕਰਨਾ ਚਾਹੇ ਤਾਂ ਉਹ ਖੰਨੇ ਕਚੇਰੀਆਂ ਦੇ ਵਿੱਚੋਂ ਕਰ ਸਕਦਾ ਤਹਿਸੀਲਦਾਰ ਦੇ ਦਫ਼ਤਰ ਚੋਂ ਕਰ ਸਕਦਾ ਐਸਜੀਐਮ ਸਾਹਿਬ ਦੇ ਦਫ਼ਤਰ ਚੋਂ ਕਰ ਸਕਦਾ ਮੈਂ ਸੱਚਾਈ ਹੈ ਕਿ ਮੈਂ ਕਿਤੇ ਮੈਂ ਕੋਈ ਇਲੈਕਸ਼ਨਾਂ ਕਰਕੇ ਥੋੜਾ ਦਾਨ ਕੀਤਾ ਹੈ ਮੈਂ ਤਾਂ ਪਹਿਲਾਂ ਹੀ ਦਾਨ ਕਰ ਚੁੱਕੇ ਹਾਂ ਮੈਂ ਤਾਂ ਸਾਰਾ ਮੈਂ ਤਾਂ ਜੋ ਵੀ ਕਰਨਾ ਸਮਾਜ ਦੀ ਭਲਾਈ ਵਾਸਤੇ ਕਰਨਾ ਇਹੀ ਮੇਰਾ ਦੂਸਰੇ ਪਾਸੇ ਇਹ ਹੈ ਮੈਂ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਅਗਰ ਕੋਈ ਖੁਸ਼ੀ ਨਾਲ ਮੈਨੂੰ ਦੇਖਣਾ ਚਾਹੁੰਦਾ ਉਹ ਨੇੜੇ ਤੋਂ ਦੇਖਣਾ ਚਾਹੁੰਦਾ ਤਾਂ ਉਹ YouTube ਤੇ ਮੈਨੂੰ ਹਰ ਵੇਲੇ ਦੇਖ ਸਕਦਾ ਹੈ ਉਹਦੇ ਚ ਸਿਰਫ ਇਹ ਪੜਨਾ ਹੋਊਗਾ ਸੌਂਗ ਥਾਣੇਦਾਰ ਸਿੰਗਰ ਹਰਜੀਤ ਵਿਰਕ ਦੂਸਰਾ ਇਹ ਹੈ ਕਿ ਨਸ਼ਾ ਮੂਵੀ ਗੁਲਜ਼ਾਰ ਖੰਨਾ ਇਹ ਮੇਰੇ ਡਿਊਟੀ ਦੇ ਦੌਰਾਨ ਮੇਰੇ ਸ਼ੌਂਕ ਸੀ ਮੈਂ ਡਿਊਟੀ ਦੇ ਦੌਰਾਨ ਵੀ ਜਦੋਂ ਮੈਂ ਡਿਊਟੀ ਕਰਦਾ ਸੀ ਉਹਦੇ ਦੌਰਾਨ ਵੀ ਮੈਂ ਪਬਲਿਕ ਨੂੰ ਸੇਹ ਦੇਣਾ ਚਾਹੁੰਦਾ ਸੀ ਜੋ ਮੇਰੀ ਮੂਵੀ ਨਸ਼ਾ ਉਹ ਵੀ ਇੱਕ ਸੇਹ ਦਿੰਦੀ ਹੈ ਉਹ ਵੀ ਇੱਕ ਸਮਾਜ ਨੂੰ ਸੇਹ ਦਿੰਦੀ ਹੈ ਇਸ ਕਰਕੇ ਮੈਂ ਜਾਨੀ ਆਪਣੇ ਡਿਊਟੀ ਦੇ ਦੌਰਾਨ ਵੀ ਆਪਣੇ ਜੋ ਮੈਂ ਕੀਤਾ ਉਹ ਠੀਕ ਕੀਤਾ ਉਹਨੇ ਵਾਲੇ ਟਾਈਮ ਚੀਜ਼ ਨੂੰ ਜਿੱਤ ਜੰਨੇ ਜਿਹੜੇ ਨਾਬਾ ਸ਼ਹਿਰ ਦੀ ਲੋਹਰ ਬਜ਼ਾਰਾਂਗੇ ਬਿਲਕੁਲ ਜੀ 100% ਇਹ ਰਾਸਤੀ ਸ਼ਹਿਰ ਹੈ ਨਾਬਾ ਸ਼ਹਿਰ ਜਿੱਥੇ ਕਿ ਕਾਫੀ ਐਦਾਂ ਦੇ ਕੰਮ ਪੈਂਡਿੰਗ ਪਏ ਨੇ ਉਹ ਕਰਨਗੇ ਤੁਸੀਂ ਇੱਕ ਗੱਲ ਦੱਸਦਾ ਜੀ ਜਿਹੜਾ ਬੰਦਾ ਪੁਲਿਸ ਸਟੇਸ਼ਨਾਂ ਚ ਰਹਿ ਚੁੱਕਿਆ ਹੁੰਦਾ ਉਹਨੂੰ ਹਰ ਇੱਕ ਤਰ੍ਹਾਂ ਦਾ ਪਤਾ ਹੁੰਦਾ ਮੈਨੂੰ ਲੱਗਦਾ ਪਹਿਲਾਂ ਤੁਸੀਂ ਆਪਣੇ ਜਿਹੜੇ ਥਾਣੇ ਨੇ ਪਹਿਲਾਂ ਇਹਨਾਂ ਨੂੰ ਵਧੀਆ ਬਣਾਇੰਗੇ ਦੇਖੋ ਮੈਂ ਕੱਲਾ ਥਾਣੇ ਨੂੰ ਵਧੀਆ ਨਹੀਂ ਬਣਾਉਂਗਾ ਉਹਨਾਂ ਤਾਂ ਬਣਾਉਂਗਾ ਹੀ ਬਣਾਉਂਗਾ ਉਹਨਾਂ ਨੂੰ ਵੀ ਬਣਾਉਂਗਾ ਹਸਪਤਾਲਾਂ ਨੂੰ ਵੀ ਬਣਾਉਂਗਾ ਸਕੂਲਾਂ ਨੂੰ ਵੀ ਬਣਾਉਂਗਾ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਵੀ ਧਿਆਨ ਰੱਖੂਗਾ ਹਰ ਪਾਸੇ ਤੋਂ ਔਰ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਵੀ ਕਮੀਆਂ ਨੇ ਉੱਥੇ ਪਿੰਡਾਂ ਦੇ ਵਿੱਚ ਡੋੜ ਪਿੰਡਾਂ ਪਿੰਡ ਵਾਈ ਜਾ ਕੇ ਉੱਥੇ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਉਹ ਸਾਰੀਆਂ ਹੱਲ ਕਰੂੰਗਾ ਪਿੰਡਾਂ ਜਿਹੜਾ ਕੀ ਕਰਨਗੇ ਤੁਸੀਂ ਮੈਂ ਤੁਹਾਨੂੰ ਇੱਕ ਵਿਸ਼ਵਾਸ ਦਵਾਣਾ ਪਰਮਾਤਮਾ ਮੈਨੂੰ ਮੌਕਾ ਦੇਵੇ ਜਿੱਤ ਪ੍ਰਾਪਤ ਕਰਨ ਦਾ ਤਾਂ ਤੁਸੀਂ ਹਲਕਾ ਨਾਬਾ ਦਾ ਛੱਡੋ ਹਰ ਪਿੰਡ ਦੇ ਵਿੱਚ ਹਲਕਾ ਨਾਬਾ ਦੇ ਹਰ ਪਿੰਡ ਵਿੱਚ ਐਸੀ ਨੁਹਾਰ ਬਦਲ ਕੇ ਜਾਊਗਾ ਕਿ ਕੋਈ ਲੜਕੀ ਕੋਈ ਲੜਕਾ ਬਾਹਰਲੀ ਕੰਟਰੀ ਨਹੀਂ ਜਾਊਗਾ ਮੈਂ ਦਾਅਵੇ ਨਾ ਕਹਿਣਾ ਮੈਂ ਅੱਜ ਵਿਸ਼ਵਾਸ ਨਾਲ ਕਹਿਣਾ ਕਿ ਐਸਾ ਕੰਮ ਕਰੂੰਗਾ ਕਿ ਲੋਕ ਮੈਨੂੰ ਯਾਦ ਕਰਨਗੇ ਹਰ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਵੱਖਰੀ ਕੰਮ ਕਰਕੇ ਦਿਖਾਵਾਂਗਾ ਔਰ ਸੋਹਣਾ ਕੰਮ ਕਰਕੇ ਦਿਖਾਵਾਂਗਾ ਇਹ ਬਾਕੀ ਲੀਡਰਾਂ ਨੂੰ ਕਿਹਦੇ ਚੈਲੰਜ ਤਾਂ ਨਹੀਂ ਆਜੂਗਾ ਕੋਈ ਚੈਲੰਜ ਨਹੀਂ ਬਾਕੀ ਤਾਂ ਲੀਡਰ ਜਿਹੜੇ ਹੈਗੇ ਨੇ ਸਿਆਸਤ ਨੂੰ ਮੁੱਖ ਰੱਖਦੇ ਨੇ ਮੈਂ ਕੋਈ ਸਿਆਸਤ ਦੀ ਬਣਨ ਵਾਸਤੇ ਨਹੀਂ ਆਇਆ ਮੇਰੀ ਤਾਂ ਜਿਹੜੀ ਦਿਲੋਂ ਭਾਵਨਾ ਉਹ ਇੱਕ ਸਮਾਜ ਸੇਵਾ ਦੀ ਭਾਵਨਾ ਹੈ ਤੇ ਉਸ ਨੂੰ ਮੈਂ ਮੁੱਖ ਰੱਖਦਾ ਮੈਂ ਤਾਂ ਇਹ ਚਾਹੁੰਦਾ ਕਿ ਐਂਡ ਤੱਕ ਅੱਜ ਤੁਸੀਂ ਇਹ ਦੇਖੋ ਪੜ੍ਹਾਈ ਨੂੰ ਲੈ ਲਓ ਸਪੋਰਟਸਮੈਨ ਨੂੰ ਲੈ ਲਓ ਸਰਵਿਸ ਨੂੰ ਲੈ ਲਓ ਮੈਂ ਅੱਜ ਕਰਕੇ ਅੱਜ 60 ਸਾਲ ਦੀ ਉਮਰ ਦੇ ਵਿੱਚ ਆ ਚੁੱਕਿਆ ਹਾਂ ਤੇ ਮੈਂ ਜੇ ਜਿਹੜੀ ਪਿਛਲੀ ਜ਼ਿੰਦਗੀ ਕੱਟੀ ਐ ਵਧੀਆ ਸਾਫ ਸੁਥਰੀ ਜ਼ਿੰਦਗੀ ਕੱਟੀ ਐ ਜਿਹੜੀ ਅਗਲੇ ਵਾਲੀ ਜਿਹੜੀ ਜ਼ਿੰਦਗੀ ਐ ਮੈਂ ਪੈਸੇ ਦੇ ਮਗਰ ਲੱਕੇ ਲਾਲਚ ਦੇ ਮਗਰ ਲੱਕੇ ਉਹ ਆਪਣਾ ਜਿਹੜੀ ਪਿਛਲੀ ਬੀਤੀ ਜ਼ਿੰਦਗੀ ਉਹਨੂੰ ਦਾਗ ਨਹੀਂ ਲਾਊਗਾ ਮੈਂ ਇੱਕ ਐਸਾ ਇਨਸਾਨ ਆ ਦਾਗ ਨਹੀਂ ਲਾਊਗਾ ਉਹਦੇ ਚ ਪਲੱਸ ਪੁਆਇੰਟ ਲਾਊਗਾ ਵਧੀਆ ਪੁਆਇੰਟ ਲਾਊਗਾ ਤਾਂ ਕਿ ਮੈਨੂੰ ਦੁਨੀਆ ਯਾਦ ਕਰੇ ਹਾਂਜੀ ਮੈਨੂੰ ਲੱਗਦਾ ਜਿਹੜੀ ਤੁਸੀਂ ਇੰਨੀਆਂ ਗੱਲਾਂ ਕਰਦੇ ਹੋ ਤੁਹਾਡੇ ਦਿਲ ਤੇ ਕੋਈ ਸੱਟ ਵੱਜੀ ਹੋਈ ਆ ਤੁਸੀਂ ਉਹ ਗਰੀਬੀ ਰੇਖਾਂ ਝੁੱਠੇ ਹੋਏ ਆ ਜਿਹੜੀ ਅੱਜ ਤੁਸੀਂ ਗੱਲ ਕਰਦੇ ਪਿਓ ਰੇਖ ਪਿੰਡ ਦੀ ਲਾਹਰ ਬਦਲਨ ਮ ਨੀ ਪਹਿਲਾਂ ਤੁਸੀਂ ਅਮੀਰ ਕਰ ਛੋਟੀਆਂ ਕੇ ਗਰੀਬੀ ਛੋਟੀਆਂ ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਖੁਦ ਮੈਂ ਆਪ ਵੀ ਗਰੀਬ ਸੀ ਨੌਕਰੀ ਕਰਨ ਤੋਂ ਬਾਅਦ ਪਤਾ ਲੱਗਿਆ ਮੈਨੂੰ ਘੁੰਮਣਾ ਪਿਆ ਪਿੰਡਾਂ ਦੇ ਵਿੱਚ ਜਾਣਾ ਪਿਆ ਹਰੇਕ ਵਰਕ ਦੇ ਨਾਲ ਮੈਨੂੰ ਉਹ ਸਾਂਝ ਕਰਨੀ ਪਈ ਤਾਂ ਮੈਨੂੰ ਪਤਾ ਹੈ ਕਿ ਗਰੀਬ ਦਾ ਇੱਕ ਦੁੱਖ ਕੀ ਹੁੰਦਾ ਉਸ ਦੁੱਖ ਨੂੰ ਉਸ ਦੁੱਖ ਨੂੰ ਇੱਕ ਗਰੀਬ ਹੀ ਮਹਿਸੂਸ ਕਰ ਸਕਦਾ ਔਰ ਮੈਂ ਉਸ ਦੁੱਖ ਨੂੰ ਮਹਿਸੂਸ ਕਰਦਾ ਇਸ ਕਰਕੇ ਮੈਂ ਇਸ ਕੰਮ ਚ ਆਇਆ ਹਾਂ ਔਰ ਮੈਂ ਉਹ ਜਿਹੜੇ ਕਿਸੇ ਦਾ ਵੀ ਦੁੱਖ ਹੈ ਉਹ ਮੈਂ ਆਪਣਾ ਦੁੱਖ ਸਮਨਦਾ। ਪੌਣੇ ਟਾਈਮ ਚ ਕਿਤੇ ਬਣ ਕੇ ਤੁਸੀਂ ਖਾਲੀ ਕੁਆਟਰ ਲੈ ਕੇ ਨਿਕਲ ਤਣ ਜਾਇਆ ਕਰਾਂਗੇ ਵੀ ਲੋਕੀ ਦੇਖਦੇ ਨੇ ਗਲਜਾਰ ਖੰਨਾ ਜੋਗੇ ਹੋਗੇ। ਜੇ ਮੈਨੂੰ ਨਿਕਲਣਾ ਹੋਵੇ ਤਾਂ ਹੁਣ ਮੇਰੇ ਕੋ ਕੁਝ ਨਹੀਂ ਹੈ। ਪ੍ਰਮਾਤਮਾ ਨੇ ਸਭ ਕੁਝ ਦਿੱਤਾ। ਪੈਨਸ਼ਨ ਮਿਲਦੀ ਹੈ। ਹੁਣ ਹੁਣ ਤੱਕ ਨੌਕਰੀ ਕੀਤੀ ਹੈ ਹੁਣ ਤੱਕ ਪੈਨਸ਼ਨ ਮਿਲਦੀ ਹੈ। ਕੁਝ ਰੈਂਟ ਵੀ ਮਿਲਦਾ। ਮੈਂ ਬਹੁਤ ਵਧੀਆ ਆਪਣੀ ਲਾਈਫ ਦੇ ਵਿੱਚ ਬਹੁਤ ਸੱਟ ਲਾ। ਠੀਕ ਹੈ। ਮੈਂ ਕੋਈ ਉਹ ਨਹੀਂ ਹੈ ਜੇ ਮੈਨੂੰ ਨਿਕਲਣਾ ਹੋਵੇ ਹੁਣ ਮੈਨੂੰ ਕੌਣ ਰੋਕ ਰਿਹਾ ਮੈਂ ਤਾਂ ਇੱਕ ਦਿਲੋਂ ਭਾਵਨਾ ਰੱਖ ਰਿਹਾ ਕਿ ਮੈਂ ਇੱਥੇ ਰਹਿ ਕੇ ਹੀ ਸਮਾਜ ਦੇ ਵਿੱਚ ਸੇਵਾ ਕਰਨੀ ਲੋਕਾਂ ਦੀ ਸੇਵਾ ਕਰਨੀ ਠੀਕ ਹੈ ਆਜ਼ਾਦ ਉਮੀਦਵਾਰ ਕੈਂਡੀਡੇਟ ਜਿਹੜੇ ਅਨਾਬਾ ਹਲਕੇ ਤੋਂ ਆਜ਼ਾਦ ਕੰਨਾ ਜੀ ਜਿਨ੍ਹਾਂ ਨੇ ਆਪਣੀ ਬਹੁਤ ਵਧੀਆ ਰਾਏ ਦਿੱਤੀ ਹੈ ਕਹਿੰਦਾ ਮੈਂ ਬਣ ਗਿਆ ਤੁਹਾਡੇ ਨਾਲ ਖੜਾ ਨਹੀਂ ਬਣਿਆ ਤਾਂ ਵੀ ਨਾਲ ਖੜਾ ਕਹਿੰਦਾ ਮੈਂ ਜਿੱਤਣ ਨਹੀਂ ਆਇਆ ਔਰੇ ਤੁਹਾਨੂੰ ਕਹਿੰਦਾ ਮੈਂ ਕੱਲੇ-ਕੱਲੇ ਨੂੰ ਗੁਲਜਾਰ ਖੰਨਾ ਮੈਂ ਬਣਾਉਣਾ ਆ ਐਮਐਲਏ ਬਣਾਉਣਾ ਆ ਮਿਨਿਸਟਰ ਬਣਾਉਣਾ ਆ ਵੀ ਹਰ ਇੱਕ ਬੱਚਾ ਕਮਾਵੇ ਤੇ ਖਾਵੇ ਇਹ ਜਿਆ ਕੰਮ ਪਿੰਡ-ਪਿੰਡ 'ਚ ਕਰੂੰਗਾ ਕੋਈ ਬੱਚਾ ਬਾਹਰਲੇ ਮੁਲਕੇ 'ਚ ਕੰਮ ਕਰਨੀ ਜਾਊਗਾ ਤੁਸੀਂ ਦੇਖੋ ਕਰੰਟ ਨਿਊਜ਼ ਟੀਵੀ ਮੈਂ ਹਾਂ ਬੁੱਟਾ ਲੱਦਰ ਮੈਂ ਨਾ ਕੈਮਰਾਮੈਨ ਲਖਵਿੰਦਰ ਸਿੰਘ ਨੱਬਾ